ਸਾਰੇ ਹੀ ਸਾਥੀਆਂ ਦਾ ਮੇਰੇ YouTube ਚੈਨਲ 'ਤੇ ਸਵਾਗਤ ਹੈ। ਦੋਸਤੋ, ਸਾਰੇ ਹੀ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਹੋਣ ਜਾ ਰਿਹਾ ਹੈ। ਬੱਚੇ ਇਸ ਖਬਰ ਨੂੰ ਸੁਣ ਕੇ ਬਹੁਤ ਹੀ ਖੁਸ਼ ਨੇ, ਕਿਉਂਕਿ ਉਹਨਾਂ ਨੂੰ ਅਕਸਰ ਹੀ ਗਰਮੀਆਂ ਅਤੇ ਸਰਦੀਆਂ ਦੀਆਂ ਛੁੱਟੀਆਂ ਦਾ ਵੱਖਰਾ ਹੀ ਚਾਅ ਰਹਿੰਦਾ ਹੈ ਅਤੇ ਇਸ ਦੌਰਾਨ ਉਹ ਵੱਖਰੀਆਂ ਵੱਖਰੀਆਂ ਥਾਵਾਂ 'ਤੇ ਘੁੰਮਣ ਵੀ ਜਾਂਦੇ ਨੇ। ਇਸ ਦੌਰਾਨ ਉਹਨਾਂ ਦਾ ਮਾਇੰਡ ਵੀ ਥੋੜ੍ਹਾ ਫਰੈਸ਼ ਹੋ ਜਾਂਦਾ ਹੈ ਅਤੇ ਉਹਨਾਂ ਦੀ ਜੋ ਪੜ੍ਹਾਈ ਦੇ ਵਿੱਚ ਲਗਨ ਹੈ ਉਹ ਬਣੀ ਰਹਿੰਦੀ ਹੈ। ਤਾਂ ਦੋਸਤੋ, ਕਾਰਨ ਦੱਸ ਦਈਏ ਕਿ ਕਿਉਂ ਗਰਮੀਆਂ ਦੀਆਂ ਛੁੱਟੀਆਂ ਜੋ ਸਮੇਂ ਤੋਂ ਪਹਿਲਾਂ ਹੋਣ ਜਾ ਰਹੀਆਂ ਨੇ। ਤਾਂ ਦੋਸਤੋ, ਇਸ ਖਬਰ ਨੂੰ ਦੱਸਣ ਤੋਂ ਪਹਿਲਾਂ ਜਿਹੜੇ ਵੀ ਦੋਸਤ ਮੇਰੇ ਚੈਨਲ ਨੂੰ ਪਹਿਲੀ ਵਾਰ ਦੇਖ ਰਹੇ ਨੇ, ਸਰਕਾਰੀ ਨੌਕਰੀ, ਪ੍ਰਾਈਵੇਟ ਨੌਕਰੀ, ਕੰਪੀਟੀਸ਼ਨ ਐਗਜ਼ਾਮ, ਰਿਜ਼ਲਟ, ਐਡਮਿਸ਼ਨ ਅਤੇ ਇਸ ਤੋਂ ਇਲਾਵਾ ਹੋਰ ਚੰਗੀ ਚੰਗੀ ਜਾਣਕਾਰੀ ਵਾਸਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਤਾਂ ਕਿ ਹਰ ਇੱਕ ਸਕੂਲੀ ਵਿਦਿਆਰਥੀ ਤੱਕ ਇਹ ਖਬਰ ਪਹੁੰਚ ਜਾਵੇ ਅਤੇ ਉਸ ਨੂੰ ਹੋਣ ਵਾਲੀਆਂ ਛੁੱਟੀਆਂ ਦੇ ਬਾਰੇ ਵਿੱਚ ਜਾਣਕਾਰੀ ਸਹੀ ਸਮੇਂ 'ਤੇ ਮਿਲ ਜਾਵੇ। ਤਾਂ ਦੋਸਤੋ, ਦੱਸ ਦਈਏ ਕਿ ਵੱਧਦੀ ਗਰਮੀ ਅਤੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸਾਰੇ ਹੀ ਸਰਕਾਰੀ, ਪ੍ਰਾਈਵੇਟ ਅਤੇ ਮਾਨਤਾ ਪ੍ਰਾਪਤ ਸਕੂਲਾਂ ਵਿੱਚ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਮਈ ਮਹੀਨੇ ਦੇ ਵਿੱਚ ਹੀ ਹੋ ਜਾਵੇਗਾ। ਕਾਰਨ ਹੈ ਕਿਉਂਕਿ ਗਰਮੀ ਕਾਫੀ ਵੱਧ ਗਈ ਹੈ ਅਤੇ ਤੁਹਾਨੂੰ ਦੱਸ ਦਈਏ ਕਿ ਪਿਛਲੇ ਸਾਲ ਵੀ ਜਿਵੇਂ ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਬਾਰਿਸ਼ ਦਾ ਮੌਸਮ ਸੀ, ਤਾਂ ਪੰਜਾਬ ਸਰਕਾਰ ਵੱਲੋਂ ਬਾਰਿਸ਼ ਕਾਰਨ ਸਕੂਲਾਂ ਵਿੱਚ ਜੋ ਛੁੱਟੀਆਂ ਸਨ ਉਹ 13/7/2023 ਤੱਕ ਵਧਾਈਆਂ ਗਈਆਂ ਸਨ। ਇਸੇ ਤਰ੍ਹਾਂ ਹੁਣ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ, ਜਿਸ ਕਾਰਨ ਜੋ ਗਰਮੀਆਂ ਦੀਆਂ ਛੁੱਟੀਆਂ ਦਾ ਐਲਾਨ ਸਮੇਂ ਤੋਂ ਪਹਿਲਾਂ ਹੀ ਹੋਣ ਜਾ ਰਿਹਾ। ਕਾਰਨ ਦੱਸ ਦਈਏ ਕਿਉਂਕਿ ਇਸ ਦੌਰਾਨ ਜੋ ਰਿਹਰਸਲ ਹੈ, ਜੋ ਸਰਕਾਰੀ ਮੁਲਾਜ਼ਮਾਂ ਦੀਆਂ ਡਿਊਟੀਆਂ ਵੋਟਾਂ ਦੇ ਵਿੱਚ ਲੱਗਦੀਆਂ ਨੇ, ਤਾਂ ਉਹਨਾਂ ਦੀ ਰਿਹਰਸਲ 5 ਮਈ 2024 ਨੂੰ, ਇਸ ਤੋਂ ਬਾਅਦ ਦੂਸਰੀ ਰਿਹਰਸਲ 25 ਮਈ 2024 ਨੂੰ ਅਤੇ ਤੀਸਰੀ ਜੋ ਰਿਹਰਸਲ ਅਤੇ ਜੋ ਪਾਰਟੀਆਂ ਨੂੰ ਵਿਦਾ ਕਰਨਾ ਹੁੰਦਾ ਹੈ ਉਹ 31 ਮਈ 2024 ਨੂੰ ਹੈ। ਤਾਂ ਦੋਸਤੋ, ਤੁਹਾਨੂੰ ਦੱਸ ਦਈਏ ਕਿ ਜਦੋਂ ਵੋਟਾਂ ਜੋ ਪੈਂਦੀਆਂ ਨੇ ਉਹ ਸਰਕਾਰੀ ਸਕੂਲਾਂ ਦੇ ਵਿੱਚ ਬਹੁਤ ਸਾਰੇ ਬੂਥ ਬਣੇ ਹੁੰਦੇ ਨੇ, ਜਿਸ ਕਾਰਨ ਉਹਨਾਂ ਦੀ ਤਿਆਰੀ ਪਹਿਲਾਂ ਹੀ ਕਰਨੀ ਪੈ ਰਹੀ ਹੈ। 1 ਤਰੀਕ ਦੀਆਂ ਜੋ ਚੋਣਾਂ ਨੇ, ਤਾਂ ਇਸ ਤੋਂ ਪਹਿਲਾਂ ਹੀ ਛੁੱਟੀਆਂ ਹੋਣ ਜਾ ਰਹੀਆਂ ਨੇ। ਤੁਹਾਨੂੰ ਦੱਸ ਦਈਏ ਕਿ ਇੱਕ ਪ੍ਰਾਈਵੇਟ ਸਕੂਲ ਨੇ ਤਾਂ 27 ਮਈ 2024 ਤੋਂ ਲੈ ਕੇ 6 ਜੁਲਾਈ 2024 ਤੱਕ ਸਟੂਡੈਂਟਸ ਨੂੰ ਛੁੱਟੀਆਂ ਕਰ ਦਿੱਤੀਆਂ ਨੇ। ਇਹ ਨੋਟਿਸ 25/4/2024 ਨੂੰ ਜਾਰੀ ਕਰ ਦਿੱਤਾ ਗਿਆ ਹੈ। ਇਸ ਮਹੀਨੇ ਆਉਣ ਵਾਲੀਆਂ ਹੋਰ ਛੁੱਟੀਆਂ ਨੇ, 1 ਮਈ 2024 ਨੂੰ ਦਿਨ ਬੁੱਧਵਾਰ ਨੂੰ ਮਈ ਡੇ ਦੀ ਛੁੱਟੀ ਰਹੇਗੀ, ਮਜ਼ਦੂਰ ਦਿਵਸ ਦੀ, ਅਤੇ ਇਸ ਤੋਂ ਇਲਾਵਾ 10 ਮਈ ਨੂੰ ਸ਼ੁੱਕਰਵਾਰ ਨੂੰ ਵੀ ਗਜ਼ਟਡ ਛੁੱਟੀ ਦਾ ਐਲਾਨ ਆਲਰੇਡੀ ਸਰਕਾਰ ਵੱਲੋਂ ਕੀਤਾ ਹੋਇਆ ਹੈ। ਤਾਂ ਦੋਸਤੋ, ਜਦੋਂ ਹੀ ਸਿੱਖਿਆ ਵਿਭਾਗ ਵੱਲੋਂ ਇਹ ਖਬਰ ਆ ਜਾਏਗੀ ਤਾਂ ਤੁਹਾਨੂੰ ਸੂਚਿਤ ਕਰ ਦਿੱਤਾ ਜਾਵੇਗਾ। ਇਹਨਾਂ ਸ਼ਬਦਾਂ ਦੇ ਨਾਲ ਤੁਹਾਡੇ ਤੋਂ ਵਿਦਾ ਲੈਂਦਾ ਹਾਂ, ਅਗਲੀ ਵੀਡੀਓ ਨਾਲ ਜਲਦ ਹੀ ਮਿਲਾਂਗੇ। ਥੈਂਕ ਯੂ ਫੋਰ ਵਾਚਿੰਗ ਮਾਈ ਚੈਨਲ। ਥੈਂਕਸ ਵਾਂਸ ਅਗੇਨ ਟੂ ਆਲ ਮਾਈ ਵਿਊਅਰਸ।